एक पासे तां जिथे पंजाब विच नशे दी ओवरडोज़ नाल लगातार ही नौजवानां दीआं मौतां हो रहीआं ने, उत्थे ही पंजाब दे वख-वख शहरां अते कस्बिआं विच इस नशे दे खिलाफ लोकां वल्लों अपने अपने तौर ते संघर्ष शुरू कीता गया है। अजिही एक वक्री मिसाल कायम की है गुरदासपुर के सरहदी कस्बा दीनानगर के पिंड अवाखा के नौजवानों के बजुर्गों ने, जिन्होंने नशे के विरोध में चिट्टा विरोधी मंच का गठन किया है। इस संस्था को अगर कोई नौजवान नशा करता मिल जाए या कोई नशा तस्कर नशा बेचता मिल जाए तो वह खुद ही उसको काबू करके पुलिस हवाले कर देंगे। पिंड वासियों मुताबक अजिहां ही बहुत सारिया वीडियो सामने आई ने, जिन्हों में पिंड वालों कुछ नौजवानों नशे समेत काबू किया गया है, दीनानगर पुलिस हवाले किया गया। पिंड वासियों ने दसिया कि उन्हां दा पिंड इन्ना बदनाम हो चुका है कि पिंड विच लड़कियां दे व्याह होने मुश्किल हो गए ने। उन्हां कहा कि लड़की वाले डरदे ने ते पहला टेस्ट करवाउण दी मंग करदे हन, जिस तों दुखी हो के ही नशे खिलाफ़ मुहिम चलाई गई है अते फैसला लिया गया है कि अगर कोई नशे दे कारोबार करन वाले दी पिंड वासी हमायत करदा है तां उस नाल सारा पिंड बाईकाट करेगा। ਹੋਸਪਿਟਲਾਂ ਦੇ ਵਿੱਚ ਉਹਨਾਂ ਨੂੰ ਦਾਖਲ ਕਰਾ ਕੇ ਉਹਨਾਂ ਦਾ ਨਸ਼ਾ ਵੀ ਛਡਾਵਾਂਗੇ, ਕਿਉਂਕਿ ਉਹਨਾਂ ਦੀ ਮਜਬੂਰੀ ਬਣ ਚੁੱਕਿਆ। ਉਹ ਜਿਹੜੇ ਨਸ਼ਾ ਵੇਚਣ ਵਾਲੇ ਤਸਕਰ ਹੈ ਉਹਨਾਂ ਨੂੰ ਅਸੀਂ ਹੱਥ ਬੜੇ ਵਾਰੀ ਜੋੜ ਚੁੱਕੇ ਹਾਂ ਅਤੇ ਸਾਡੇ ਠਾਕਰ ਸਾਹਿਬ ਨੇ ਇੱਕ ਮੁਹਿੰਮ ਜਿਹੜੀ ਚਲਾਈ ਹੈ ਅਸੀਂ ਸਾਰਾ ਪਿੰਡ ਦੇ ਨਾਲ ਆ, ਸੋ ਹੱਥ ਬੜੇ ਵਾਰੀ ਜੋੜ ਚੁੱਕੇ ਹਾਂ, ਹੱਥ ਜੋੜਨ ਦੀ ਵੀ ਜਿਹੜੀ ਵਾਰੀ ਉਹ ਖਤਮ ਹੋ ਗਈ ਹੈ। ਸੋ ਉਹਨਾਂ ਨੂੰ ਵੀ ਸਾਡੀ ਇਹ ਹਦਾਇਤ ਹੈ, ਡੇਲੀ ਤੋਂ ਡੇਲੀ ਜਿਹੜੇ ਬੰਦੇ ਇੱਥੇ ਫੜੇ ਜਾਂਦੇ ਪਏ ਨਾ, ਦੋ ਤਿੰਨ ਬੰਦੇ ਇਹ ਤਾਂ ਐਸਐਚਓ ਸਾਹਿਬ ਦੇ ਤਾਂ ਦੇਣ, ਪਰ ਤੁਸੀਂ ਜਿਹੜੇ ਬੰਦੇ ਫੜਾਉਂਦੇ ਹੋ ਤਾਂ ਫਾਲ ਬੈਕ ਵਗੈਰਾ ਲੈਂਦੇ ਹੋ, ਕੁਝ ਪਿੱਛੇ ਜਾ ਕੇ ਕੀ ਇਹਦਾ ਬਣਿਆ ਕਿਦਾਂ? ਪਰਸੋਂ ਵੀ ਦੋ ਬੰਦੇ ਫੜਾਏ ਸੀ, ਉਹ ਦੋਨੇ ਫਰਾਰ ਹੋ ਗਏ, ਫਿਰ ਕੱਲ੍ਹ ਇੱਕ ਦਾ ਇੱਕ ਫਿਰ ਉਹਨਾਂ ਨੂੰ ਫੜ ਕੇ ਫਿਰ ਦੁਆਰਾ ਦਿੱਤਾ। ਸੋ ਬਾਕੀ ਦੀ ਕਾਰਵਾਈ ਤੇ ਐਸਐਚਓ ਸਾਹਿਬ ਦੱਸਣਗੇ ਵੀ ਪਰਚੇ ਕਿੰਨੇ ਹੋਏ। ਵੱਡੇ ਪੱਧਰ ਤੇ ਆਈਜੀ ਲੈਵਲ ਤੇ ਐਸਐਸਪੀ ਲੈਵਲ ਤੇ ਜਿਹੜੀਆਂ ਰੇਡਾਂ ਹੁੰਦੀਆਂ ਨਾ ਜੀ, ਇਹ ਪੁਲਿਸ ਦੇ ਵਿੱਚ ਜਿਹੜੀਆਂ ਕਾਲੀਆਂ ਭੇਡਾਂ ਹੈਗੀਆਂ, ਖੜੱਪੇ ਹੈਗੇ ਨਾ, ਜਿਹੜੇ ਇਹਨਾਂ ਦੇ ਇਨਫਾਰਮਰ ਹੈਗੇ ਆ, ਜਿਹੜਾ ਦੀ ਇਹਨਾਂ ਨਾਲ ਸਾਂਢ ਗਾਂਢ ਹੈਗੀ ਆ, ਉਹ ਪੁਲਿਸ ਰੇਡ ਤੋਂ ਆ ਕਰਨ ਤੋਂ ਪਹਿਲੇ ਇਹਨਾਂ ਨੂੰ ਕਹਿੰਦੇ ਹੈਗੇ ਵੀ ਅਸੀਂ ਆਉਣ ਲੱਗੇ ਹੈਗੇ ਹਾਂ, ਸਾਈਡ ਨੂੰ ਹੋ ਜਾਓ। ਅਗਰ ਉਹ ਕਾਲੀਆਂ ਭੇਡਾਂ ਜਿਹੜੀਆਂ ਉਹ ਸੱਪ ਹੈਗੇ ਨੇ ਮਹਿਕਮੇ ਦੇ ਵਿੱਚ, ਉਹਨਾਂ ਨੂੰ ਨੱਥ ਪਾਤੀ ਇਹ ਹੈਗੇ ਤਾਂ 90% ਨਸ਼ਾ ਆਪ ਹੀ ਮੁੱਕ ਜਾਂਦਾ। ਜ਼ਿਆਦਾ ਹਿਮਾਇਤੀ ਨਹੀਂ ਰਹਿਣਗੇ ਇਹਨਾਂ ਦੇ, ਇਹਨਾਂ ਦੇ ਸਪੋਰਟਰ ਨਹੀਂ ਰਹਿਣਗੇ, ਇਹਨਾਂ ਦੀ ਕੋਈ ਜ਼ਮਾਨਤ ਦੇਣ ਨਹੀਂ ਜਾਏਗਾ। ਅਸੀਂ ਜਿਹੜਾ ਚਿੱਟਾ ਵਿਰੋਧੀ ਮੰਚ ਬਣਾਇਆ ਪਿੰਡ ਦੇ ਵਿੱਚ, ਅਸੀਂ ਉਹਦੇ ਵਿੱਚ ਇਹ ਵੀ ਡਿਸਾਈਡ ਕੀਤਾ ਕਿ ਪਿੰਡ ਦਾ ਕੋਈ ਵੀ ਪਤਵੰਤਾ ਜਾਂ ਪਿੰਡ ਦਾ ਕੋਈ ਵੀ ਸ਼ਖਸ ਇਹ ਚਿੱਟੇ ਤਸਕਰਾਂ ਦੀ ਚਿੱਟੇ ਵਾਲਿਆਂ ਦੀ ਹਿਮਾਇਤ ਦੇ ਵਿੱਚ ਜਾ ਕੇ ਉਹਨਾਂ ਦੀ ਜ਼ਮਾਨਤ ਦਿੰਦਾ, ਉਹਦਾ ਪੂਰਾ ਪਿੰਡ ਬਾਈਕਾਟ ਕਰੋ। ਅੱਜ ਤੁਸੀਂ ਮੀਡੀਆ ਸਾਡਾ ਤੀਜੀ ਆਖੋ, ਮੀਡੀਆ ਦੇ ਥਰੂ ਅਸੀਂ ਆਵਾਜ਼ ਪਹੁੰਚਾ ਰਹੇ ਹੈਗੇ ਹਾਂ, ਪਰ ਇਹ ਤੁਸੀਂ ਜੇ ਕਹੋ ਵੀ 8 ਮਹੀਨਿਆਂ ਦੀ ਸਰਕਾਰ ਇਹਨੂੰ ਠੱਲ ਪਾ ਦੇ, ਉਹ ਨਹੀਂ। ਇਹ ਬੂਟਾ ਜਿਹੜਾ 10-15 ਸਾਲ ਦਾ ਦੀਆਂ ਜਿਹੜੀਆਂ ਜੜ੍ਹਾਂ ਬੜੀਆਂ ਡੂੰਘੀਆਂ ਹੋ ਗਈਆਂ, ਉਹ ਪੁੱਟਣ ਵਾਸਤੇ ਸਾਨੂੰ ਬੜਾ ਸੰਘਰਸ਼ ਕਰਨਾ ਪੈ ਰਿਹਾ ਹੈਗਾ। ਅਸੀਂ ਪੁੱਟ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ, ਜਿੱਥੋਂ ਤੱਕ ਅਸੀਂ ਬੂਟਾ ਲਾ ਦਿੱਤਾ ਹੈਗਾ, ਮੰਨ ਲਓ JCB ਨਾਲ ਪੁੱਟਣਾ ਹੀ ਅਸੀਂ ਹੁਣ। ਅਸੀਂ ਭਾਅ ਜੀ ਜਿਹੜੀ ਇਹ ਮੰਚ ਬਣਾਇਆ ਨਾ, ਅਸੀਂ ਇਹਦੇ ਵਿੱਚ ਕਿਸੇ ਵੀ ਪਾਰਟੀ ਦਾ ਜਾਂ ਕਿਸੇ ਸਰਕਾਰ ਦਾ ਜਾਂ ਕਿਸੇ ਹੋਰ ਧਰਮ ਜਾਤੀ ਦਾ ਇਹਦੇ ਵਿੱਚ ਨਹੀਂ ਰੱਖਿਆ। ਅਸੀਂ ਸਿਰਫ ਚਿੱਟੇ ਦੇ ਖਿਲਾਫ਼ ਇਸ ਪਿੰਡ ਨੂੰ ਚਿੱਟਾ ਮੁਕਤ ਕਰਵਾਉਣਾ ਅਸੀਂ, ਕਿਉਂਕਿ ਸਾਡੇ ਪਿੰਡ ਦੇ ਚਿੱਟੇ ਦਾ ਐਡਾ ਵੱਡਾ ਕਲੰਕ ਬਣ ਚੁੱਕਿਆ ਹੈਗਾ। ਸਾਡੇ ਪਿੰਡ ਦੇ ਵਿੱਚ ਲੋਕ ਰਿਸ਼ਤਾ ਮੁੰਡੇ ਦਾ ਰਿਸ਼ਤਾ ਕਰਨ ਤੋਂ ਪਹਿਲੇ ਇਹ ਪੁੱਛਦੇ ਹੈਗੇ ਆ ਵੀ ਇਹ ਮੁੰਡੇ ਦਾ ਟੈਸਟ ਕਰਵਾ ਲਓ ਕਿਤੇ ਇਹ ਚਿੱਟਾ ਨਾ ਪੀਂਦਾ ਹੋਵੇ। ਐਡਾ ਨਾ ਵੱਡਾ ਹੋਰ ਕਲੰਕ ਕੀ ਹੋ ਸਕਦਾ? ਸਾਡੇ ਨੌਜਵਾਨ ਅੱਗੇ ਵੀ ਹੋਣਾ ਹੀ ਨਹੀਂ, ਜਿਹੜੇ ਨਸ਼ਾ ਕਰ ਰਹੇ ਹੈਗੇ ਨੇ ਉਹਦੇ ਵਿੱਚੋਂ ਅੱਧੇ ਪਚੱਧੇ ਤਾਂ ਮਰ ਜਾਣੇ ਆ, ਜਿਹੜੇ ਰਹਿ ਜਾਣਗੇ ਨਾ ਉਹ ਤੋਂ ਚੱਲੇਗੀ। ਅਸੀਂ ਸਰਕਾਰਾਂ ਕੋਲ ਮੰਗ ਕਰਨੇ ਆ, ਜੇ ਉਹ ਸਾਰਿਆਂ ਕੋਲ ਕਰਨੇ ਆ ਵੀ ਸਾਨੂੰ ਸਕੂਲ ਬਣਾ ਦਿਓ, ਸਾਡੀਆਂ ਗਲੀਆਂ ਪੱਕੀਆਂ ਕਰਾ ਦਿਓ, ਸਾਡੀਆਂ ਨਾਲੀਆਂ ਪੱਕੀਆਂ ਕਰਾ ਦਿਓ, ਉਹ ਸਕੂਲਾਂ 'ਚ ਪੜ੍ਹਨ ਵਾਲੇ ਰਹਿਣਗੇ, ਉਹ ਗਲੀਆਂ 'ਚ ਖੇਡਣ ਵਾਲੇ ਰਹਿਣਗੇ, ਤੇ ਗਲੀਆਂ ਉੱਦਾਂ ਚੱਟਣੀਆਂ ਹੀ ਉਹ। ਅੱਜ ਕਿੰਨੇ ਮੁੰਡੇ ਫੜਾਏ? ਅੱਜ 2 ਲੜਕੇ ਫੜੇ ਆ ਸਾਡੇ, ਇਸ ਮੰਚ ਨੇ ਫੜੇ ਹੈਗੇ, ਮੈਂ ਤਾਂ ਬਾਅਦ 'ਚ ਆਇਆ। ਸਾਡੇ ਮੰਚ ਦੇ ਜਿਹੜੇ ਕਾਰਜਕਰਤਾ ਹੈਗੇ ਨੇ, ਜਿਹੜੇ ਸਾਡੇ ਵਲੰਟੀਅਰ ਹੈਗੇ ਆ, ਉਹਨਾਂ ਨੇ ਫੜੇ ਹੈਗੇ।